ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਲੋਬਲ ਮਿਡਾਸ ਫਾਊਂਡੇਸ਼ਨ ਸਾਡਾ ਖਿਰਦਾ ਪੰਜਾਬ ਦੀ ਸਪੈਸ਼ਲ ਸੀਰੀਜ਼ ਖਾਲਸਾ ਐਜੂਕੇਸ਼ਨ ਦੇ ਉੱਤੇ ਵਰਕ ਕਰ ਰਹੇ ਹਾਂ ਤੇ ਜਿਹਦੇ ਉੱਤੇ ਦਿੱਲੀ ਸਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਦਰ ਸਕੂਲ ਆਉਂਦੇ ਨੇ ਸਕੂਲ ਕਾਲਜ ਇੰਸਟੀਚਿਊਟ ਆਉਂਦੇ ਨੇ ਤੇ ਉਹਦੇ ਵਿੱਚ ਆਪ ਜੀ ਦਾ ਸਵਾਗਤ ਹੈਗਾ ਅੱਜ ਅਸੀਂ ਮਿਲ ਰਹੇ ਹਾਂ ਅੱਜ ਅਸੀਂ ਆਏ ਹੈਗੇ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਦੀ ਬ੍ਰਾਂਚ ਵਿੱਚ ਤੇ ਆਉ ਮਿਲਦੇ ਹੈਗੇ ਹਾਂ ਕੁਲਵਿੰਦਰ ਮੈਮ ਹੈਗੇ ਨੇ ਇੱਥੇ ਦੇ ਪ੍ਰਿੰਸੀਪਲ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਹੈਗੇ ਹਾਂ ਕਿ ਉਹ ਸਕੂਲ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਰਹੇ ਹੈਗੇ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਆਪ ਜੀ ਦਾ ਨਾਮ ਆ ਮਿਸਿਸ ਕੁਲਵਿੰਦਰ ਕੋਰ ਮੈਮ ਆਪ ਜੀ ਦਾ ਬੈਕਗ੍ਰਾਉਂਡ ਕੀ ਹੈਗਾ ਹੈ जी मैं ली एक बड़ी स्ट्रोंोंग फैमिली तो आ रही हूँ जो ने एजुकेशन बहुत टाइम लगाया है तो मेरी मदर मेरी नानी मेरी बुआ ऑल वर एजुकेशनिस्ट सो आई एम अ प्राउड एजुकेशनिस्ट मैम आप जी दी डेजिनेशन की है ये आई एम एम लुकिंग आफ्टर द स्कूल आल्सो एडिशनल चार्ज है मेरे को तिलक नगर के नाल एंड हाले यू नो पहले बंद हो गया से बिच ਬਹੁਤ ਬਹੁਤ ਸੋਨਾ ਸਕੂਲ ਬਣਿਆ ਹੋਇਆ ਹੈ ਤੇ ਇਹਨੂੰ ਅਸੀਂ ਦੁਬਾਰਾ ਲਾਈਕ ਯੂ ਨੋ ਰਿਵਾਈਵ ਕਰਨ ਦੇ ਪ੍ਰਯਾਸ ਕਰ ਰਹੇ ਆ ਮੈਂ ਮੈਂ ਸਕੂਲ ਦੀ ਨੀ ਕਦੋਂ ਰੱਖੀ ਗਈ ਔਰ ਸਥਾਪਕ ਕੋਨੇ ਦੇ 1987 ਵਿੱਚ ਸਕੂਲ ਐਸਟੈਬਲਿਸ਼ ਹੋਇਆ ਸੀ ਐਂਡ ਰੈਕਗਨਾਈਜ਼ਡ 88 89 ਵਿੱਚ ਹੋਇਆ ਸੀ ਉਸ ਟਾਈਮ ਦੇ ਮੌਜੂਦਾ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜੋ ਵੀ ਪ੍ਰਧਾਨ ਸੀ ਉਹ ਲੋਕ ਉਹਨਾਂ ਨੇ ਐਸਟੈਬਲਿਸ਼ ਕੀਤਾ ਸਕੂਲ ਨੂੰ ਮੈਂ ਕੀ ਸੋਚ ਕੇ ਨਹੀਂ ਰੱਖੀ ਗਈ ਸੀ ਸਕੂਲ ਦੀ ਦੇਖੋ ਜੀ ਆਪਣੀ ਮਾਈਨੋਰਟੀ ਵਾਸਤੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਫਰਟਸ ਜਦ ਦੀ ਇਹ ਕਮੇਟੀ ਬਣਾਈ ਗਈ ਹੈ ਤੇ ਉਹਨਾਂ ਦਾ ਮੇਨ ਮਕਸਦ ਹੀ ਇਹ ਸੀ ਕਿ ਆਪਣੇ ਕਮਿਊਨਿਟੀ ਨੂੰ ਐਜੂਕੇਸ਼ਨਲੀ ਇਕਵਿਪ ਕਰਨਾ ਔਰ ਉਹਨਾਂ ਨੂੰ ਐਜੂਕੇਸ਼ਨ ਦਾ ਕਹਿੰਦੇ ਵਿਦਿਆ ਦਾ ਦਾਨ ਜਿਹੜਾ ਹੈਗਾ ਕਿ ਉਹ ਵਿਦਿਆਚ ਉਤਮਦਾਨ ਹੈ ਦਾ ਉਹ ਸੋਚ ਕੇ 아이 थिंक ਇਹਨਾਂ ਨੇ ਗੁਰਦੁਆਰਿਆਂ ਦੀ ਸਿਕਸ ਸੇਵਾ ਸੰਭਾਲ ਦੇ ਨਾਲ-ਨਾਲ ਐਜੂਕੇਸ਼ਨਲੀ ਬੱਚਿਆਂ ਨੂੰ ਲੈ ਕੇ ਏਰੀਆ ਏਰੀਆ ਵਾਈਜ਼ ਹਰ ਏਰੀਆ ਵਿੱਚ ਸਕੂਲ ਬਣਾਇਆ ਹੈ ਤਾਂ ਕਿ ਬੱਚੇ ਯੂ نو ਇੰਗਲਿਸ਼ మీడియం ਦੀ ਪੜਾਈ ਦੇ ਨਾਲ-ਨਾਲ ਆਪਣੇ ਕਲਚਰਲ ਆਪਣੇ ਰਿਲੀਜਨ ਆਪਣੇ ਧਰਮ ਆਪਣੇ ਸਿੱਖੀ ਦੇ ਨਾਲ ਕੀਰਤਨ ਦੇ ਨਾਲ ਬਾਣੀ ਦੇ ਨਾਲ ਜੁੜੇ ਰਹਿਣ ਤੋ اسی ਮਕਸਦ ਦੇ ਤਹਿਤ ਸਾਰੇ ਸਕੂਲ ਸਥਾਪਿਤ ਹੋਏ ਨੇ ਤੇ ਹਰੀ ਲਗਰ ਵੀ ਇਸੇ ਵਾਸਤੇ ਬਣਾਇਆ ਗਿਆ ਸੀ ਮੈਮ ਆਪ ਜੀ ਸਕੂਲ ਵਾਸਤੇ ਆਪਣੇ ਸਕੂਲ ਵਿੱਚ ਕੀ ਕੀ ਫੈਸਿਲਿਟੀਆਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਦੇਖੋ ਜੀ ਬੱਚਿਆਂ ਨੂੰ ਦੇਖੋ ਇਹ ਸਕੂਲ ਬਹੁਤ ਸੁੰਦਰ ਹੈ ਤੁਸੀਂ ਦੇਖਿਆ ਕਿ ਸਪੋਰਟਸ ਅਕੈਡਮੀ ਨੇ ਤੇ ਹਾਲੇ ਲਾਈਕ ਕੋਰੋਨਾ ਤੋਂ ਬਾਅਦ ਤੇ ਸਟਰੈਂਥ ਜੋ ਪਹਿਲੇ ਘੱਟ ਸੀ ਸਾਡੇ 2 ਸਾਲ ਵਿੱਚ ਕੋਰੋਨਾ ਆ ਗਿਆ ਸੋ ਲੈਕ ਹਾਲੇ ਬੱਚਿਆਂ ਨੂੰ ਅਸੀਂ ਬੈਸਟ ਆਫ ਦੇਖੋ ਹਰ ਚੀਜ਼ ਫੈਸਿਲਿਟੀ ਉੱਥੇ ਹੈ ਹਰ ਤਰ੍ਹਾਂ ਦੀ ਹੈ ਬਹੁਤ ਸੁੰਦਰ ਬਿਲਡਿੰਗ ਹੈ ਨੀਨੀ ਵੱਡੀ ਅਕੈਡਮੀ ਹੈ बैडਮਿੰਟਨ ਕੋਰਟ ਹੈਗਾ ক্রিকেট ਦਾ ਹੈ ਲੌਨ ਟੈਨਿਸ ਹੈ ਐਂਡ ਸਾਰਾ ਕੁਝ ਅਵੇਲੇਬਲ ਹੈ ਬਸ ਐ ਕਿ ਹੁਣ ਅਸੀਂ ਸਟੂਡੈਂਟ ਦੀ ਸਟਰੈਂਥ ਐਡਮਿਸ਼ਨਸ ਵਾਸਤੇ ਵਰਕ ਕਰ ਰਹੇ ਆ ਤਾਂ ਕਿ ਜਿਹੜਾ ਸਕੂਲ ਹੈਗਾ ਬੱਚੇ ਜੋ ਐ ਇੰਨੀ ਅੱਛੀ ਫੈਸਿਲਿਟੀਜ਼ ਸਪੋਰਟਸ ਦੀ ਉੱਥੇ ਬਨੀਆਂ ਹੋਈਆਂ ਨੇ ਅਕੈਡਮੀ 'ਚ ਬਣੀ ਹੋਈ ਹੈ ਤਾਂ ਕਿ ਉੱਥੇ ਸਕੂਲ ਦੇ ਬੱਚੇ ਉਹ ਫੈਸਿਲਿਟੀਜ਼ ਨੂੰ ਅਵੇਲ ਕਰ ਸਕਣ ਤੇ ਆਪਣੇ ਯਾ ਨੋ ਕਿਆ ਬੋਲਤੇ ਹੈ ਟੈਲੈਂਟ ਨੂੰ ਭਾਰ ਸਕਨ ਦੈਟਸ ਇਟ ਮੈਮ ਸਕੂਲ ਦੇ ਵਿੱਚ ਟੀਚਰ ਨੋਨ ਟੀਚਰ ਸਟਾਫ ਔਰ ਕੈਟੇਰੀਆ ਕੀ ਹੈਗਾ ਕੰਸੀਡਰਿੰਗ ਕਿਹਲੇ ਸਟਰੈਂਥ ਘਟਾ ਹੈ ਤੋ ਸਟਾਫ ਵੀ ਲਿਮਟਿਡ ਹੈਗਾ ਸੋ ਲਾਈਕ ਇ ਜਿੱਦਾ ਜਿੱਦਾ ਬੱਚਿਆਂ ਦੀ ਸਟਰੈਂਥ ਵਧੇਗੀ ਸਟਾਫ ਵੀ ਆ ਜਾਏਗਾ ਤੇ ਵਧਾ ਵਧਾਵਾਂਗੇ ਉਹਨੂੰ ਬਿਕੋਜ਼ ਬਹੁਤ ਤਾਰਨ 3 ਐਕਰਸ ਦੀ ਲੈਂਡ ਆਲਮੋਸਟ ਬਹੁਤ ਸੋਨਾ ਬਿਊਟੀਫੁਲ ਸਕੂਲ ਹੈ ਵੈਰੀ ਬਿਊਟੀਫੁਲ ਵੈਲ ਮੈਨੇਜਡ ਸਪੋਰਟਸ ਅਕੈਡਮੀ ਹੈ ਤੇ ਵੀ ਆਰ ਟ੍ਰਾਈਂਗ ਕਿ ਅਸੀਂ ਅਸੀਂ ਸਪੋਰਟਸ ਦੇ ਬੱਚੇ ਜਿਹੜੇ ਇੰਟਰਸਟਿਡ ਨੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਐਡਮਿਸ਼ਨ ਚ ਉਹ ਲੋਕ ਬੱਚੇ ਲੈਣ ਅਥੇ ਤੇ ਆਪਣੇ ਸਿੱਖ ਕੌਮ ਦੇ ਕਲਚਰ ਦੇ ਨਾਲ ਨਾਲ ਲਾਈਕ ਜਿਹੜੇ ਗੇਮਸ ਤੇ ਸਾਡੇ ਫਿਜ਼ੀਕਲੀ ਸਾਡੇ ਲਾਈਕ ਕਾਮ ਦਾ ਇੱਕ ਕਹੋ ਕਿ अगेन ਉਹ ਹੈਗਾ ਕਿ ਵੀ ਆਰ ਵੈਰੀ ਗੁੱਡ ਇਨ ਸਪੋਰਟਸ ਸੋ ਵੀ ਜਸਟ ਵਾਂਟ ਕਿ ਜਿਹੜਾ ਸਪੋਰਟਸ ਦਾ ਸਾਡਾ ਇਹ ਇੱਕ ਇਨਹੈਰੀਟੈਂਸ ਹੈ ਕਿ ਜੋ ਸਾਡੇ ਯੂ نو ਫਿਜ਼ੀਕਲੀ ਐਕਟੀਵਿਟੀ ਹੈ ਉਸ ਚੀਜ਼ ਨੂੰ ਅਸੀਂ ਕਾਇਮ ਰੱਖਦੇ ਹੋਏ ਬੱਚਿਆਂ ਨੂੰ ਮੈਕਸਿਮਮ ਵੀ ਵਿਲ ਬੀ ਵਾਂਟ ਕਿ ਬੱਚੇ ਸਪੋਰਟਸ ਦੇ ਜਿਹੜੇ ਅੱਛੇ ਨੇ ਜਾਂ ਦੂਸਰੇ ਵੀ ਨੇ ਐਨੈਕਸ ਖੂਬਸੂਰਤ ਅਕੈਡਮੀ ਜਿੱਥੇ ਬਣੇ ਹੋਏ ਤੇ ਬਸ ਚੁਆਇੰਟ ਸਕੂਲ ਮੰਕ ਆਫਟਰ ਕੋਵਿਡ ਬਿਫੋਰ অর ਆਫਟਰ ਬੱਚਿਆਂ ਦਾ ਕੀ ਰਿਜ਼ਲਟ ਰਿਹਾ ਔਰ ਬੱਚਿਆਂ ਦਾ ਮਤਲਬ ਕਿ ਕਿੰਨਾ ਸਟਰਗਲ ਕੀਤਾ ਪ੍ਰਸੈਂਟੇਜ ਇਸ ਤੇ ਕੀ ਫਰਕ ਪਿਆ ਬੱਚਿਆਂ ਦੇ ਦੇਖੋ ਬੱਚਿਆਂ ਨੇ ਸਟਰਗਲ ਤੇ ਕੀਤਾ ਮਾਪੇ ਨੇ ਜ਼ਿਆਦਾ ਕੀਤਾ ਫਾਈਨੈਂਸ਼ੀਅਲੀ ਬਹੁਤ ਸਾਰੇ ਪ੍ਰੋਬਲਮਸ ਬਹੁਤ ਸਾਰੀ ਫੈਮਲੀਆਂ ਨੂੰ ਆਏ ਨੇ ਔਰ ਜਿਹਦਾ ਰੈਪਰਕੂਸ਼ਨਸ ਆਇਆ ਹੋਇਆ ਕਿ ਪੇਰੈਂਟਸ ਨੇ ਬਹੁਤ ਸਾਰੇ ਬੱਚਿਆਂ ਨੇ ਪੜ੍ਹਾਈ ਯੂ نو ਘੱਟ ਗਵਰਨਮੈਂਟ ਸਕੂਲਸ ਵਿੱਚ ਵੀ ਸ਼ਿਫਟ ਹੋਏ ਨੇ ਕਈ ਡ੍ਰੌਪ ਆਊਟ ਵੀ ਹੋਏ ਨੇ ਭਈ ਕਈ ਪਿੰਡ ਚਲੇ ਗਏ ਆਪਣੇ ਜਿਹੜੇ ਆਏ ਹੋਏ ਸੀ ਸੋ ਬਹੁਤ ਆਈ ਥਿੰਕ ਇਹ ਜਿਹੜਾ ਲੋਅਰ ਮਿਡਲ ਐਂਡ ਮਿਡਲ ਸੈਗ ਕਲਾਸ ਸੀ ਨਾ ਉਹ ਬਹੁਤ ਬੁਰੀ ਤਰ੍ਹਾਂ ਇਫੈਕਟ ਹੋਈ ਹੈ ਤੇ ਬਿਕੋਜ਼ ਲੈ ਬੱਚਿਆਂ ਨੂੰ ਜਿਵੇਂ ਮਿਲਦੇ ਆ ਪੇਰੈਂਟਸ ਨੂੰ ਮਿਲਦੇ ਆ ਦੈਨ ਵੀ ਕਮ ਟੂ نو ਕਿ ਐਕਚੁਅਲੀ ਕਿੰਨੇ ਜ਼ਿਆਦਾ ਉਹਨਾਂ ਨੂੰ ਯੂ نو ਰੀਅਡਜਸਟਮੈਂਟਸ ਇਨ देयर ਲਾਈਫ ਕਰਨੇ ਪਏ ਨੇ ਬਹੁਤ ਸਾਰੀ ਫੈਮਿਲੀਜ਼ ਵਿੱਚ ਸੋ ਉਹਦਾ ਰੈਪਕਸ਼ਨ ਤੋਂ ਹੋਇਆ ਹੀ ਹੈ ਬਟ ਐ ਕਿ ਆਨਲਾਈਨ ਜਿਵੇਂ ਅਸੀਂ ਟੀਚਿੰਗ ਲਰਨਿੰਗ ਸਟਾਰਟ ਕੀਤੀ ਹੈ ਤੇ ਬਹੁਤ ਸਾਰੇ ਪੇਰੈਂਟ ਬੱਚੇ ਜੁੜੇ ਨੇ ਔਰ ਅਸੀਂ ਬਹੁਤ ਇੱਕ ਫਰਮਲੀ ਇਹ ਕਿ ਤਾਸੀ ਕਿ ਬੱਚਿਆਂ ਦੇ ਉੱਤੇ ਅਸੀਂ অবজারভার ਬਿਠਾਏ ਸੀ ਕਿ ਹਰ ਬੱਚੇ ਦੀ ਅਟੈਂਡੈਂਸ ਹੁੰਦੀ थी ਕਿ ਬੱਚੇ ਜਿਹੜੇ ਨੇ ਐ ਨਾ ਹੋਏ ਕਿ ਜਸ ਬਿਕੋਜ਼ ਉਹ ਫਿਜ਼ੀਕਲ ਕਲਾਸਿਸ ਨਹੀਂ ਹੋ ਰਹੀ ਤੇ ਉਹ ਬੱਚੇ ਲਾਈਕ ਯੂ نو ਨਾ ਤੋ ਜਿਹੜੇ ਬੱਚੇ ਆਨਲਾਈਨ ਜਿਹਨਾਂ ਦੇ ਵਾਈਫਾਈ ਦੀ ਪ੍ਰੋਬਲਮ ਸੀ ਇੰਟਰਨੈਟ ਦੀ ਪ੍ਰੋਬਲਮ ਦੇਖੋ ਅਭੀ ਐਡਿਟ ਖਰਚਾ ਤੇ ਸੀ ਨਾ ਤੋ ਬਹੁਤ ਸਾਰੇ ਨਹੀਂ ਜੁਆਇਨ ਕਰ ਪਾਉਂਦੇ ਸੀ ਬਟ ਫਿਰ ਵੀ ਅਸੀਂ ਵੀ ਵਰਕਸ਼ੀਟਸ ਵਗੈਰਾ ਦੇ ਕੇ ਬੱਚਿਆਂ ਨੂੰ ਨਾ ਵੀ ਸਪਲੀਮੈਂਟ ਵਾਟ ਏਵਰ ਦੇ ਵਰ ਮਿਸਿੰਗ ਸੋ ਆਪਣੀ ਤਰਫੋਂ ਬਹੁਤ ਕੋਸ਼ਿਸ਼ ਕੀਤੀ ਹੈ ਔਰ ਸਾਨੂੰ ਆਪਣੀ ਐਪੈਕਸ ਬੋਰਡੀ ਡੈਲੀ ਸਿਕੁਰ ਦੁਆਰਾ ਮੈਨੇਜਮੈਂਟ ਕਮੇਟੀ ਦਾ ਵੀ ਬਹੁਤ ਸਾਥ ਰਿਹਾ ਸੋ ਹਰ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਯੂ نو ਹੈਲਪ ਜੋ ਹੋ ਸਕਦੀ ਸੀ ਕੀਤੀ ਹੈ ਮੈਮ ਸਿੱਖ ਮਾਈਨੋਰਟੀ ਔਰ ਸਕਾਲਰਸ਼ਿਪਸ ਦੇ ਬੱਚਿਆਂ ਨੂੰ ਕੀ ਕੀ ਬੈਨੀਫਿਟਸ ਨੇ ਮੈਮ ਦੇਖੋ ਜੀ ਮਾਈਨੋਰਟੀ ਜਿਹੜਾ ਹੈਗਾ ਸਟੇਟਸ ਜਦ ਮਿਲ ਜਾਂਦਾ ਹੈ ਇੱਕ ਸਕੂਲ ਨੂੰ ਤੇ ਕਾਫੀ ਸਾਰੀ ਉਹਨਾਂ ਨੂੰ ਇੱਕ ਆਪਣੇ ਮਾਈਨੋਰਟੀ ਦੇ ਬੱਚਿਆਂ ਨੂੰ ਐਡਮਿਸ਼ਨਸ ਵਾਸਤੇ ਸੀਟਾਂ ਸੀ ਰਿਜ਼ਰਵ ਰੱਖ ਸਕਦੇ ਆ ਆਪਣੇ ਸਾਬ ਨਾਲ ਕੁਝ ਚੀਜ਼ਾਂ ਚਲਾ ਸਕਦੇ ਆ ਆਪਣੇ ਕੌਮ ਦੇ ਯੂ نو ਅਪਾਇੰਟਮੈਂਟਸ ਕਰ ਸਕਦੇ ਆ ਬਟ ਐਟ ਪਾਰ ਵਿਦ ਅਕੋਰਡ ਅਕੋਰਡਿੰਗ ਟੂ ਡੀਐਸਈਆਰ ਕਿ ਜੋ ਦਿੱਲੀ ਸਕੂਲਸ ਦਾ ਐਕਟ ਹੈਗਾ ਉਹਦੇ ਸਾਰਾ ਇਸ ਹਿਸਾਬ ਨਾਲ ਕਰਨਾ ਪੈਂਦਾ ਬਟ ਸਟਿਲ ਵੀ ਲਾਈਕ ਹੈ اور ਜਿਹੜੀ ਮਾਇਨੋਰੀਟੀ ਸਕੀਮਸ ਨੇ ਉਹਦੇ ਨਾਲ ਬੱਚਿਆਂ ਨੂੰ ਟਿਊਸ਼ਨ ਫੀਸ ਕਿਉਂਕਿ ਦਿੱਲੀ ਵਿੱਚ ਮਾਇਨੋਰੀਟੀ ਹੈ ਸਿੱਖ ਕਮਿਊਨਿਟੀ ਸੋ ਮਾਇਨੋਰੀਟੀ ਫੀਸ ਦੀ ਬਹੁਤ ਵੱਡੀ ਫੈਸਿਲਿਟੀ ਹੈ ਤੇ ਲੇਕਿਨ ਇਹਦਾ ਹੈਗਾ ਕਿ ਫੀਸ ਪਹਿਲੇ ਭਰਨੀ ਪੈਂਦੀ ਹੈ ਔਰ ਆਫਟਰ ਫੀਸ ਜਿਹੜੀ ਦੇਣ ਤੋਂ ਬਾਅਦ ਤੋਂ ਬੱਚਾ ਮਾਇਨੋਰਿਟੀ ਅਪਲਾਈ ਕਰਦਾ ਹੈ ਤਾਂ ਜਿੰਨੇ ਪੈਸੇ ਉਹਨਾਂ ਨੇ ਦਿੱਤੇ ਹੁੰਦੇ ਨੇ ਉਹ ਲਾਈਕ ਯੂ ਨੋ ਰੀਇਮਬਰਸ ਹੋ ਜਾਂਦੇ ਨੇ ਤੇ ਉਸ ਦੇ ਨਾਲ ਪੇਰੈਂਟ ਜੋ ਅਗਲੇ ਸਾਲ ਦੀ ਫੀਸ ਦੇ ਸਕਦੇ ਨੇ ਸੋ that way ਮਾਇਨੋਰਿਟੀ ਨੂੰ ਹੈਲਪ ਕੀਤਾ ਤਾਂ ਕਿ ਮੇਨ ਮਕਸਦ ਇਹ ਹੀ ਹੈ ਕਿ ਮਾਇਨੋਰਿਟیز ਕਟਗਿਨਤੀ ਦੇ ਸੋਚ ਕੇ ਆਪਣੇ ਆਪ ਨੂੰ ਘਟਣਾ ਕਿਸੇ ਤਰਫਾਂ ਫੀਲ ਕਰਨ ਕਿ ਅਸੀਂ ਕਿਸੇ ਤਰ੍ਹਾਂ ਘਾਟਾਂ ਤੇ ਉਹਨਾਂ ਨੂੰ ਇਕੁਅਲ ਓਪਰਚ्युनिटी ਮਿਲੇ ਇਕਵਲ ਅਫਸਰ ਮਿਲੇ ਯੂ نو ਮੌਕਾ ਮਿਲਣਾ ਚਾਹਦਾ ਹੈ ਕਿ ਇਸ ਵਾਸਤੇ ਉਹ ਮੌਕਾ ਦੇਣ ਵਾਸਤੇ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਦੇ ਕੇ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਦੇ ਸਕਣ ਮੈਮ ਸਕੂਲ ਨੂੰ ਲੈ ਕੇ ਆਪ ਜੀ ਦੇ ਕੀ ਵਿਚਾਰ ਨੇ ਦੇਖੋ ਸਕੂਲ ਇਜ਼ ਅ ਵੈਰੀ ਬਿਊਟੀਫੁਲ ਸਕੂਲ ਬਹੁਤ ਸੋਹਣੀ ਬਿਲਡਿੰਗ ਹੈ ਬਹੁਤ ਕੁਝ ਆਈ ਥਿੰਕ ਜੋ ਉਹਨਾਂ ਨੇ ਵੀ ਐਸਟੈਬਲਿਸ਼ ਕੀਤਾ ਸੀ ਕੁਝ ਸੋਚ ਕੇ ਕੀਤਾ ਸੀ ਕਿ ਬਹੁਤ ਵਾਅਛੇ ਅਸੀਂ ਇਹਨੂੰ ਯੂ نو ਸਪੋਰਟਸ ਵਿੱਚ ਅੱਗੇ ਬੱਚਿਆਂ ਨੂੰ ਬੈਸਟ ਆਫ ਥਿਸ ਥਿੰਗ ਯੂ ਨੋ ਫੈਸਿਲਿਟੀਆਂ ਪ੍ਰੋਵਾਈਡ ਕਰੀਏ ਉਸੇ ਮਨਸ਼ਾ ਦੇ ਨਾਲ ਸਕੂਲ ਬਣਿਆ ਹੈਗਾ ਔਰ ਇਹਨੂੰ ਅੱਗੇ ਚਲੇਗਾ ਚਲਾਵਾਂਗੇ ਐਂਡ ਵੀ ਜਸਟ ਵਾਂਟ ਕਿ ਬੱਚੇ ਜਿਹੜੇ ਨੇ ਐਡਮਿਸ਼ਨਸ ਵਾਸਤੇ ਆਸ-ਪਾਸ ਦੇ ਇਲਾਕੇ ਦੇ ਜਿੰਨੇ ਵੀ ਹੈਗੇ ਨੇ ਇੱਥੇ ਸਕੂਲ ਨਾਲ ਸਕੂਲ ਆਨ ਜੁੜਨ ਤਾਂ ਕਿ ਸਕੂਲ ਦੇਖੋ ਜੇ ਬੱਚੇ ਬਿਕੋਜ਼ 2 ਸਾਲ ਤੇ ਪ੍ਰੈਕਟੀਕਲੀ ਪਹਿਲੇ ਬੰਦ ਸੀ ਇਹ ਸਕੂਲ ਫਿਰ ਉਸ ਵਕਤ ਕੋਰੋਨਾ ਆ ਗਿਆ ਤਾਂ ਹੁਣ ਅਸੀਂ ਸਟਾਰਟ ਦੁਬਾਰਾ ਰਿਵਾਈਵ ਕਰ ਰਹੇ ਆਂ ਹਾਂ ਅਸੀਂ ਐਡਮਿਸ਼ਨਸ ਵਾਸਤੇ ਓਪਨ ਦਿ ਯੂ نو ਐਡਵਰਟਾਈਜ਼ ਵੀ ਕੀਤਾ ਬੱਚਿਆਂ ਨੂੰ ਵੀ ਕਹਿ ਰਿਹਾ ਤੁਹਾਡੇ ਚੈਨਲ ਦੇ ਥਰੂ ਵੀ ਮਾਧਿਅਮ ਸਾਡਾ ਸੰਦੇਸ਼ ਪਾਈ ਹੋਏਗਾ ਕਿ ਸਕੂਲਸ ਤੁਹਾਡੇ ਵਾਸਤੇ ਬਣੇ ਹੋਏ ਨੇ ਤੇ ਆਪਣੇ ਸਕੂਲ ਆਓ ਮੈਮ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅਜੀ ਆਪਣੇ ਕੌਮ ਦਾ ਜਿਹੜੇ ਹੈਗਾ ਜਿਵੇਂ ਆਪਣੇ ਅਸੀਂ ਗੁਰਦੁਆਰੇ ਜਾਂਦੇ ਆ ਇਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਚੱਲਦੇ ਹੋਏ ਸਕੂਲ ਨੇ ਸੋ ਉਹਨਾਂ ਦੀ ਬਲੇਸਿੰਗਸ ਤੇ ਅੰਡਰ ਪੜਨਾ ਇਹ ਬਹੁਤ ਵੱਡੀ ਯੂ ਨੋ ਮੈਟਰ ਆਫ ਪ੍ਰਾਈਡ ਹੋਣਾ ਚਾਹੀਦਾ ਹੈ ਕਿ ਐਸੀ ਉਸ ਕੂਲਚ ਪੜ ਕੇ ਆਏ ਜਿਵੇਂ ਸਾਡੇ ਗੁਰੂ ਜੀ ਗੁਰੂ ਹਰਿਜੋਬਾਲਾ ਪ੍ਰੀਤਮ ਹੈ ਨਾ ਤੇ ਛੋਟ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਇ ਚੰਨਾ ਪਰੋਬਕਾਰ ਕੀਤਾ ਐਨਾ ਉਹਨਾਂ ਨੇ ਨਾਮ ਕਮਾਇਆ ਤੇ ਸਾਡੇ ਵਾਸਤੇ ਉਹ ਸਾਡੇ ਇੱਕ ਆਈਡੀਅਲ ਨੇ ਸਾਡੇ ਆਈਡੀਅਲ ਨੇ ਸਾਡੇ ਇੱਕ ਰੋਲ ਮਾਡਲ ਨੇ ਤੇ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਔਰ ਆਪਣੇ ਸਕੂਲ ਦੇ ਮਿਸ਼ਨ ਨੂੰ ਅੱਗੇ ਲੈ ਜਾਂਦੇ ਹੋਏ ਆਈ ਵੁੱਡ ਵਾਂਟ ਕਿ ਸਾਰੇ ਬੱਚੇ ਆਪਣੇ ਕਮਿਊਨਿਟੀ ਦੇ ਸਕੂਲ ਨਾਲ ਜੁੜਨ ਔਰ ਉਹਨਾਂ ਨੂੰ ਜੁੜਨ ਵਾਸਤੇ ਗੱਲ ਇਹ ਹੈਗੀ ਹੈ ਕਿ ਦੇਖੋ ਕਈ ਵਾਰ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮੀਡੀਆ ਨੇ ਜਦੋਂ 네ਗੇਟਿਵਲੀ ਕਿਸੇ ਚੀਜ਼ ਦਾ ਪ੍ਰਚਾਰ ਕਰੀ ਜਾਣਾ ਤੇ ਉਹ ਕੀ ਹੋਏਗਾ ਔਰ ਕੁਝ ਲੋਕ ਹੁੰਦੇ ਨੇ बिकॉज ਪੋਲਿਟਿਕਸ ਤੇ ਸਾਡੇ ਸੰਸਥਾਵਾਂ ਵਿੱਚ ਕਈ ਵਾਰ ਯੂ نو ਕਈ ਲੋਕ ਹੁੰਦੇ ਨੇ ਵੈਸਟਡ ਇੰਟਰਸਟ ਹੁੰਦਾ ਸੋ ਮੈਨੂੰ ਲੱਗਦਾ ਹੈ ਜੁ ਕਿ ਐਜੂਕੇਸ਼ਨਲੀ ਸਾਨੂੰ ਇਹਨਾਂ ਗੱਲਾਂ ਤੋਂ ਉੱਠ ਕੇ ਨਾ ਇਹਨਾਂ ਚੀਜ਼ਾਂ ਨੂੰ ਇਹਨਾਂ ਲਾਈਕ ਯੂ نو ਸਕੂਲਸ ਨੂੰ ਇੰਸਟੀਟਿਊਸ਼ਨਸ ਨੂੰ ਐਜੂਕੇਸ਼ਨ ਨੂੰ ਵੀ ਸ਼ੁੱਡ ਬੀ ਇਟ ਇਜ਼ ਫਾਰ ਆਲ ਸਕੂਲ ਲੋਰ ਗੁਰਦੁਆਰਾ ਔਰ ਇਹ ਸਭ ਚੀਜ਼ਾਂ ਸਾਡੇ ਕੌਮ ਜਿਹੜੀ ਸਭ ਦੀ ਸਾਂਝੀ ਹੈ ਬੱਚੇ ਸਭ ਤੇ ਸਾਂਝੇ ਨੇ ਤੋਂ ਐਵਰੀਬਾਡੀ ਯੂ نو ਸ਼ੁੱਡ ਵਰਕ ਹਾਰਡ ਕਿ ਅਸੀਂ ਆਪਣੀ ਅਦੀਮਾਨ ਬਰੀਆਦਾ ਨੂੰ ਕਾਇਮ ਰੱਖੀਏ ਔਰ ਇਹਦਾ ਜਿੰਨਾ ਵੀ ਅਸੀਂ ਜੋ ਵੀ ਹੈਗਾ ਦੇਖੋ ਅਸੀਂ ਐਟ ਪਾਰ ਵਿਦ ਬੈਸਟ ਆਫ ਸਕੂਲਸ ਅਗਰ ਤੁਸੀਂ ਉਹਨਾਂ ਨੂੰ ਯੂ نو ਹਰ ਚੀਜ਼ ਦੀ ਅਸੀਂ ਉਸੇ ਰੂਲਸ ਐਂਡ ਰੈਗੂਲੇਸ਼ਨਸ ਵਿੱਚ ਚੱਲ ਰਹੇ ਆ ਤੇ ਉਨੀ ਹੀ ਕੁਆਲਿਟੀ ਐਜੂਕੇਸ਼ਨ ਵੀ ਪ੍ਰੋਵਾਈਡ ਕਰਨਾ ਸਾਡਾ ਧਰਮ ਬੰਦਾ ਤੋ ਕੁਛ ਵਾਰ ਮੀਡੀਆ ਦਾ ਬਹੁਤ ਵੱਡਾ ਰੋਲ ਇਸ ਵਾਸਤੇ ਹੈ ਕਿ ਮੀਡੀਆ ਜਵੇ ਦੇਖੋ ਜਿਹੜੀ ਚੀਜ਼ ਅ ਅੱਛਾ ਬੋਲਿਆ ਜਾਂਦਾ ਹੈ ਅੱਜਕੱਲ ਜ਼ਮਾਨਾ ਹੀ ਐਡਵਰਟਾਈਜ਼ਮੈਂਟ ਦਾ ਹੈ ਤੋ ਜੋ ਆਪ ਜੀ ਦਾ ਚਾਲ ਚੈਨਲ ਨੇ ਉਪਰਾਲਾ ਕੀਤਾ ਸੋ ਆਪਣੀ ਹੀ ਚੀਜ਼ ਨੂੰ ਕਈ ਵਾਰ ਬੰਦਾ ਕੀ ਹੁੰਦਾ ਹੈ ਕਿ ਧਿਆਨ ਵਿੱਚ ਹੋਵੇ ਵੀ ਬਟ ਲੋਕਾਂ ਦੀ ਗੱਲਾਂ ਸੁਣ ਸੁਣ ਕੇ ਉਹ ਸਕੂਲ ਬਹੁਤ ਅੱਛਾ ਹੈ ਉਹ ਸਕੂਲ ਬਹੁਤ ਅੱਛਾ ਹੈ ਤੋ ਬੰਦੇ ਨਾ ਇਨਫਲੂਐਂਸ ਹੋ ਜਾਂਦੇ ਨੇ ਸੋ ਥੈਟ ਇਸ ਨਾਟ ਬੀ ਇਨਫਲੂਐਂਸਡ ਬਾਈ ਵਾਟ ਅਦਰਸ ਆ ਸੇਇੰਗ ਕਿ ਆਪਣੇ ਕਾਰਵਾਜ ਵਲ ਵਰਗੀ ਕੋਈ ਚੀਜ਼ ਨਹੀਂ ਹੁੰਦੀ ਜਿੰਨੇ ਮਰਜੀ ਤੁਸੀਂ ਘੁੰਮ ਕੇ ਆ ਜਾਓ ਅਲਟੀਮੇਟਲੀ ਹੋਮ ਹੈ ਨਾ ਹੋਮ ਇਜ਼ ਦਾ ਬੈਸਟ ਸੋ ਆਈ ਥਿੰਕ ਥੀਸ ਆਰ ਦਾ ਬੈਸਟ ਸਕੂਲਸ ਵੀ ਆਰ ਨਾਟ ਲੈਸ ਥੈਨ ਐਨੀਬਾਡੀ ਕੋਈ ਐਜੂਕੇਸ਼ਨ ਵਿੱਚ ਕਮੀ ਨਹੀਂ ਹੈ ਐਡਡ ਹੈਗਾ ਕਿ ਅਸੀਂ ਆਪਣਾ ਧਰਮ ਔਰ ਆਪਣੇ ਰਿਲੀਜਨ ਜੋ ਇੱਕ ਵਰਲਡ ਨੂੰ ਦਿਸ਼ਾ ਦੇ ਰਿਹਾ ਅੱਜ ਤੇ ਹੈ ਨਾ ਗੁਰੂ ਨਾਨਕ ਜੀ ਦੀ ਗੁਰਦੇਵ ਜੀ ਦੀ ਫਿਲਾਸਫੀ ਕਹੇ ਲੋ ਸਾਡਾ ਧਰਮ ਦੇ ਦੂਜੇ ਧਰਮਾਂ ਨੂੰ ਇੱਕ ਸੇਕ ਸੋ ਕਹਿੰਦੇ ਨਾ ਸਿੱਖਿਆ ਦਿੰਦਾ ਰਸਤਾ ਦਿਖਾਂਦਾ ਤੇ ਸਾਰੇ ਲੋਕ ਉਹਨੂੰ ਫੋਲੋ ਪ੍ਰਾਊਡਲੀ ਫੋਲੋ ਕਰਦੇ ਆ ਸੋ ਅਸੀਂ ਆਪਣੇ ਨੂੰ ਛੱਡ ਕੇ ਅਗਰ ਮੈਂ ਆਮ ਨਾਟ ਸੇਇੰਗ ਦੂਸਰਾ ਕੋਈ ਵੀ ਸਕੂਲ ਖਰਾਬ ਹੈ ਕੁਛ ਹੈ ਬਟ ਆਮ ਸੇਇੰਗ ਆਪਣਾ ਕਰ ਆਪਣਾ ਕਰੀ ਹੁੰਦਾ ਸੋ ਆਪਣੇ ਘਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਐਂਡ ਕਦੀਤ ਲੋਕ ਤੁਹਾਡੇ ਉਹ ਵੀ ਕਰਨਗੇ ਬਾਕੀ ਕੰਟਰੀਸ ਦੇਖ ਲੋ ਅਸੀ ਲੋਕ ਪੰਜਾਬੀ ਨੂੰ ਯੂ نو ਕਰਦੇ ਆ ਕਿ ਸ਼ਾਇਦ ਵੀ ਪੰਜਾਬੀ ਬੋਲ ਨੂੰ ਪੰਜਾਬੀ ਤੋਂ ਬਹੁਤ ਲਵਡ ਲੈਂਗੁਏਜ 올ਓਵਰ ਦ ਵਰਲਡ ਹੈ ਇਟਸ एवरीवन बॉडी ਵਾਂਟਸ ਟੂ ਸਪੀਕ ਪੰਜਾਬੀ ਯੂ نو ਦੈਟਸ ਇਟ ਯੂ نو ਸੋ ਲੈਟਸ ਬੀ ਵੈਰੀ ਹੈਪੀ ਐਂਡ ਵੈਰੀ ਦਿਸ ਥਿੰਕ ਇਸ ਅਨੁਰਭ ਨੇ ਬਹੁਤ ਅੱਛੀ ਜਗ੍ਹਾ ਦੇ ਬਹੁਤ ਅੱਛਾ ਸਾਨੂੰ ਇੱਕ ਯੂ ਨੋ ਦਿੱਤਾ ਹੋਇਆ ਨਾ ਮੈਂ ਤਾਂ ਆਈ ਫੀਲ ਬਰੀ ਗ੍ਰੇਟਫੁਲ ਟੂ ਗੋਡ 올 ਦਾ ਟਾਈਮ ਬਾਬਾ ਜੀ ਨੇ ਬਹੁਤ ਅੱਛਾ ਪਲੇਟਫਾਰਮ ਦਿੱਤਾ ਹੈ ਬਹੁਤ ਅੱਛੀ ਜਗ੍ਹਾ ਦਿੱਤੀ ਹੈ ਬਹੁਤ ਅੱਛੇ ਨਾ ਜੁੜਨ ਦਾ ਮੌਕਾ ਮਿਲਿਆ ਸੋ ਜੋ ਜੋ ਜੁੜਿਆ ਹੋਇਆ ਆਈ ਫੀਲ ਕਿ ਉਹ ਸਾਰੇ ਹੀ ਆਪਣੇ ਯੋਗਦਾਨ ਦੇ ਕੇ ਇਹਨਾ ਸਕੂਲਾਂ ਦੀ ਮਾਨ ਬਰਯਾਦਾ ਤੇ ਸ਼ੋਭਾ ਵਿੱਚ ਹੋਰ ਚਾਰ ਚੰਨ ਲਗਾਣ ਥੈਂਕ ਯੂ ਮੈਮ ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਇਹ ਸਕੂਲ ਹਰੀਨਗਰ ਦੀ ਬ੍ਰਾਂਚ ਨੂੰ ਚਲਾ ਰਹੇ ਹੈਗੇ ਹੋ ਔਰ ਕੋਸ਼ਿਸ਼ ਹੈ ਤੁਹਾਡੀ ਕਿ ਵੱਧ ਤੋਂ ਵੱਧ ਬੱਚੇ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਤੇ ਇਹ ਨਹੀਂ ਹੈਗਾ ਸਾਡੇ ਇੱਥੇ ਇਹ ਇਕੱਲੇ ਸਕੂਲ ਨੇ ਜਿਹਦੇ ਵਿੱਚ ਕੋਈ ਯੂ نو ਵੀ ਆਰ ਵੈਰੀ ਡੈਮੋਕਰੈਟਿਕ ਤੇ ਹਰ ਕੌਮ ਦਾ ਬੱਚਾ ਪੜਦਾ ਹੈਗਾ ਇਟ ਇਜ਼ ਨਾਟ ਦੈਟ ਕਿ ਖਾਲੀ ਅਸੀਂ ਆਪਣੇ ਹੀ ਬੱਚਿਆਂ ਨੂੰ ਕਰਦੇ ਆ ਬਹੁਤ ਸਾਰੇ ਜਿਸ ਜਿਸ ਮਰਜ਼ੀ ਗਰੁੱਪ ਦਾ ਆ ਜਾਏ ਕੋਈ ਪੇਤ ਪਾਵ ਨਹੀਂ ਐਸਸੀ ਐਸਟੀ ਵਾਲੇ ਬੱਚੇ ਵੀ ਨੇ ਮਾਇਨੋਰਟੀ ਬੱਚੇ ਵੀ ਨੇ ਨਾਨ ਮਾਇਨੋਰਟੀ ਬੱਚੇ ਵੀ ਨੇ 크ਰਿਸਚੀਅਨਸ ਵੀ ਨੇ ਸੋ ਵੀ ਆਰ ਵੈਰੀ ਕਾਮੋਡੀਟਿਵ ਜੋ ਉਸਨੇ ਧਰਮ ਕੇੰਡਰ ਹੈ ਕਿ ਸਾਡੇ ਦਰਵਾਜ਼ੇ ਚਾਰ ਦਰਵਾਜ਼ੇ ਹਰ ਜਗ੍ਹਾ ਤੇ ਹਰ ਧਰਮ ਨੂੰ ਅਸੀਂ ਐਬਜ਼ਾਰਬ ਕੀਤਾ ਹੋਇਆ ਅਸੀਂ ਜਨਗਨ ਮਨਵੀ ਕਰਦੇ ਆ ਅਸੀਂ ਵੀ ਸਪੀਕ ਫਲੂਐਂਟ ਇੰਗਲਿਸ਼ ਆਲਸੋ ਵੀ ਟੀਚ ਐਵਰੀਥਿੰਗ ਇਨ ਇੰਗਲਿਸ਼ ਇੰਗਲਿਸ਼ ਮੀਡੀਅਮ ਵਿੱਚ ਪੜਾਈ ਹੈਗੀ ਹੈ ਆਪਾਂ ਅਗੂ ਦੇ ਨਾਲ ਹੀ ਐਸ ਅਗਰ ਅਸੀਂ ਆਪਣਾ ਰਿਲੀਜੀਅਨ ਨੂੰ অর ਆਪਣੇ ਕਮਿਊਨਿਟੀ ਨੂੰ অর ਪੰਜਾਬੀ ਨੂੰ ਅਸੀਂ ਪੰਜਾਬੀ ਪੜ੍ਹਨ ਨਾਲ ਦੇ 5 ਮਾਰਕਸ ਐਕਸਟਰਾ ਮਿਲਦੇ ਨੇ ਜੀ ਹੈ ਨਾ ਕਾਲਜ ਐਡਮਿਸ਼ਨਸ ਤੇ ਟਾਈਮ ਤੇ ਸੋ ਦਿਸ ਇਜ਼ ਇਟ ਕਿ ਅਸੀਂ ਤੇ ਬਹੁਤ ਅੱਛੇ ਲਾਈਕ ਆਪਣੇ ਸਕੂਲਾਂ ਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਹੈਗੀ ਬਟ ਓਨਲੀ ਥਿੰਕ ਇਸ ਕਿ ਅਸੀਂ ਜਦ ਕੋਈ ਗਲਤ ਪ੍ਰਚਾਰ ਸੁਣ ਲੈਂਦੇ ਆ ਜਾਂ ਗਲਤ ਕੋ ਯੂ نو ਮੀਡੀਆ ਦੇ ਥਰੂ ਹੀ ਅਵੇਅਰਨੈਸ ਕ੍ਰੀਏਟ ਹੁੰਦੀ ਹੈ ਔਰ ਬੈਡ ਅਵੇਅਰਨੈਸ ਹੈ ਕਿ ਗੁੱਡ ਅਵੇਅਰਨੈਸ ਹੈ ਸੋ ਆਈ ਥਿੰਕ देयर इज अ ਲੋਟ ਆਫ ਗੁੱਡ ਅਬਾਟ ਦੀ ਸਕੂਲਸ ਚਾਂਕ ਕੇ ਦੁਬਾਰਾ ਚਾਂਕ ਕੇ ਦੇਖੀਏ ਜੋ ਨਹੀਂ ਦੇਖਦੇ ਹੈਗੇ ਐਂਡ ਦੇ ਵਿਲ ਕਮ ਟੂ ਮੈਂ ਦੇਖੋ ਨਾਨ ਸਿਕ ਸਕੂਲ ਇਸ ਪੜੀ ਸੀ ਬਟ ਆਈ نو ਐਟ ਥੈਟ ਟਾਈਮ ਕਿ ਸਾਡੇ ਨਾਲ ਕਿੰਨਾ ਯੂ نو ਮਜ਼ਾਕ ਵੀ ਹੁੰਦਾ ਸੀ ਬੱਚਿਆਂ ਨੂੰ ਚਣੂ ਐਜ਼ ਯੂ نو ਕਿਹਾ ਜਾਂਦਾ ਸੀ ਯੂ نو ਮਨ ਮੈਂ ਲਵਜ਼ ਨਹੀਂ ਯੂਜ਼ ਕਰਨਾ ਚਾਹਦੀ ਪਰ ਉਹ ਇਟ ਵਾਸਨਟ ਵੈਰੀ ਰਿਸਪੈਕਟਫੁਲ ਹੈਨਾ ਤੋ ਬੱਚਿਆਂ ਨੂੰ ਫਰਕ ਆ ਜਾਂਦਾ ਹੈ ਲੇਕਿਨ ਇੱਥੇ ਕੋਈ ਪੇਪ ਪਾਪ ਨਹੀਂ ਹੈ ਕੋਈ ਕਿਸੇ ਕਮਿਊਨਿਟੀ ਦਾ ਆ ਜਾਏ ਕਿਸੇ ਤਰ੍ਹਾਂ ਦਾ ਕਿਸੇ ਬੈਕਗਰਾਉਂਡ ਦਾ ਆ ਜਾਏ ਐਵਰੀਬਾਡੀ ਹੈਜ਼ ਅ ਸੇ ਐਵਰੀਬਾਡੀ ਹੈਜ਼ ਰਿਸਪੈਕਟ ਐਂਡ ਐਵਰੀਬਾਡੀ ਇਜ਼ 기ਵਨ ਇਕੁਅਲ ਓਪਰਚ्युनिटी ਹਰ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਯੂ نو ਟਾਈਮ ਦੇਦਿਆਂ ਔਰ ਓਪਰਚੁਨਿਟੀ ਦੇਣ ਤੇ ਬੱਚੇ ਅੱਗੇ ਆ ਸਕਣ ਮੇਨ ਟੈਲੈਂਟ ਡਰਾ ਕਰਨਾ ਦ मीनिंग ਆਫ ਐਜੂਕੇਸ਼ਨ ਇਸ ਟੂ ਡਰਾ ਆਊਟ ਦ ਬੈਸਟ ਆਫ ਦ ਚਾਈਲਡ ਸੋ ਇਹ ਮੁੰਦਾ ਕਿ ਬੱਚੇ ਦੇ ਜੋ ਵੀ ਟੈਲੈਂਟ ਹੈ ਉਹਨੂੰ ਫਾਰੋਂ ਤੁਸੀਂ ਇੱਥੇ ਵੀ ਬੱਚੇ ਜਿਹੜੇ ਨੇ ਬਹੁਤ ਸੋਹਣੀ ਤਰ੍ਹਾਂ ਨਾਲ ਲੈ ਨੋ ਗੁੱਡ ਮਾਰਨਿੰਗ ਵੀ ਕਰਨਗੇ ਤੇ ਵਾਹਿਗੁਰੂ ਜੀ ਦਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਵੀ ਕਰਨਗੇ ਸੋ ਇਟ ਇਜ਼ ਵੀ ਆਰ ਹੈਵਿੰਗ ਦ ਬੈਸਟ ਆਫ ਏਵਰੀਥਿੰਗ ਥੈਟ ਵੇ और एज देख लो मैं खुद मिग बिकॉज एक टीचर वही बेस्ट बेस्ट होंगे जो खुद लर्न करता रहे ए हाले मैं बई फरवरी नो आई अटेंडेड अ कॉन्फ्रेंस और रिसर्च पेपर मैं सबमिट किया जो फ्रांस का ने यू नो इट वाज ऑर्गेनाइज्ड इन फ्रांस और uh, नो लीडरशिप क्वालिटीज़ ऑफ अ प्रिंसिपल और मेरा सिलैक्ट हो तीन यूनिवर्सिटीज़ में ई गूगल बुक में है सिमिलरली पिछले महीने मेरा भोपाल स्कूल ऑफ सैंसिस भी मैं एक अपना रिसर्च किया सो so, इस स्कूल तू तो मैं रिसर्च बहुत की है कि वॉट इज इट कि इंग्लिश इन अ माइनोरिट स्कूल है तो मैं रिसर्च आई कि इंग्लिश टीचिंग एंड लर्निंग इन अ माइनोरिटी स्कूल की वॉट आर द पॉसिबिलिट एंड वट आर द प्रॉब्लम्स ਉਹ ਵੀ ਮੈਂ ਨਾ ਬੱਚਿਆਂ ਤੋਂ ਸਿੱਖਿਆ ਸਾਰਾ ਕੁਝ ਮੈਂ ਤਾਂ ਖੁਦ ਨਾ ਮੈਂ ਨਾ ਬੱਚਿਆਂ ਨੇ ਮੈਨੂੰ ਬਹੁਤ ਪੜਾਇਆ ਹੈ ਅਗਰੇ 3 3 ਰਿਸਰਚ ਹੈ ਗਿਆ ਨੇ ਉਹ ਤਿੰਨੋਂ ਹੀ ਸਕੂਲ ਬੇਸਡ ਨੇ ਤੇ ਇਸੇ ਸਾਲ ਦੀਆਂ ਨੇ ਜਨੂਅਰੀ ਫੈਬਰੂਅਰੀ ਐਂਡ ਮਾਰਚ ਦੇ ਆ ਸੋ ਦੈਟ ਇਜ਼ ਯੂ نو ਕਿ ਥਿਸ ਇਜ਼ ਇਟ ਕੀ ਹੈ ਤੇ ਵਿੱਚ ਮੈਂ ਸਿਰਫ ਇਹ ਹੈ ਕਿ ਇਨਾ ਬੱਚਿਆਂ ਨੂੰ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਔਰ ਮਾਇਨੋਰਟੀ ਬੈਕਗਰਾਉਂਡ ਹੋ ਕੇ ਜਾਂ ਇੱਕ ਫਾਈਨੈਂਸ਼ਲੀ ਬਹੁਤ ਵਾਇਬਲ ਬੈਕਗਰਾਉਂਡ ਨਾ ਹੋ ਕੇ ਅਸੀਂ ਯਾਰ ਇੰਗਲਿਸ਼ ਮੀਡੀਅਮ ਵਿੱਚ ਪੜਾ ਰਹੇ ਹਾਂ ਉਹ ਤੋਂ ਕੀ ਪ੍ਰੋਬਲਮਸ ਨੇ ਔਰ ਕਿਦਾਂ ਇਨਾ ਬੱਚਿਆਂ ਦੇ ਨਾਲ ਅਸੀਂ ਹੈਂਡਲ ਕਰਦੇ ਆ ਸੋ ਵਾਟ ਏਵਰ ਯੂ نو ਆਵ ਲਰਨਟ ਤੋਂ ਮੈਂ ਰਿਸਰਚ ਨੂੰ ਕਰਕੇ ਆਈ ਟ੍ਰਾਈਡ ਟੂ ਸੇ ਕਿ ਆ ਮੈਨੂੰ ਫਾਇਦਾ ਮੈਨੂੰ ਵੀ ਸਮਝ ਆਇਆ ਕਿ ਵੀ ਕਿਦਾਂ ਕਰ ਸਕਦੇ ਆ ਸੋ ਅਸੀਂ ਐਕਸਪੈਰੀਮੈਂਟਸ ਬਹੁਤ ਸਾਰੇ ਕੀਤੇ تھے ਸੋ ਇਹਨਾਂ ਨੂੰ ਅਪਲਿਫਟ ਕਰਨ ਵਾਸਤੇ ਔਰ ਮੈਨੂੰ ਲੱਗਦਾ ਹੈ ਬੱਚੇ ਮੈਂ ਤਾਂ ਏਸ਼ੀਆ ਯੂਰਪ ਦੀ ਕਿੰਨੀ ਕੰਟਰੀਆਂ ਨਾਲ ਬੱਚਿਆਂ ਨੂੰ ਦੇਖ ਲਿਓ ਸਾਰੇ ਨਹੀਂ ਆਉਂਦੇ ਦੇਖੋ ਜਿਹੜਾ ਗਰੁੱਪ ਆ ਗਿਆ 5 10 15 20 ਜਿਹੜਾ ਵੀ ਆ ਗਿਆ ਉਹ ਬੱਚਾ ਕੁਛ ਨਾ ਕੁਛ ਕੁਛ ਨਾ ਕੁਛ ਸਿੱਖਿਆ ਹੋਣੇ ਬੱਚੇ ਨੇ ਮੈਮ ਜਿਸ ਤਰ੍ਹਾਂ ਸਾਡਾ ਗਲੋਬਲ ਮੀਡਾਸ ਫਾਊਂਡੇਸ਼ਨ ਖੇੜਦਾ ਪੰਜਾਬ ਸਾਡਾ ਚੈਨਲ ਹੈ ਇਹਦੇ ਵਾਸਤੇ ਸਾਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਡਾ ਤਾਂ ਮੈਂ ਪਹਿਲੇ ਆਪਚ ਨੂੰ ਬਹੁਤ ਵੱਡੀ ਕੌਂਗ੍ਰੈਚੂਲੇਸ਼ਨ ਕਮੈਂਡੇਸ਼ਨ ਐਕੁਲੇਟਸ ਕਿ ਤੁਸੀਂ ਕੋ ਉਪਰਾਲਾ ਚੁੱਕਿਆ ਕਿ ਲਾਈਕ ਐਸੈਟ ਕਿ মিডিਆ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਭਾਰਨ ਵਿੱਚ ਤੇ ਤੁਸੀਂ ਆਪਣੇ ਪੰਜਾਬ ਨੂੰ ਇੱਕ ਗੋਲਡਨ ਮਿਡਾਸ ਗੋਲਡਨ ਮਿਡਾਸ ਸਕਿੰਗ ਇਟ ਵਾਸ ਗੋਲਡਨ ਟੱਚ ਯੂ نو ਜਿਹਦਾ ਟੱਚ ਅਗਰ ਸਟੋਰੀ ਆਤੀ ਸਭ ਨੂੰ ਯਾਦ ਅਗਰ ਹੋਏਗੀ ਸੋ ਮਿਡਾਸ ਵਾਸ ਅ ਕਿੰਗ ਤੇ ਉਹ ਲਾਈਕ ਜਸ ਸੀ ਇਸ ਨੂੰ ਟੱਚ ਕਰਦਾ ਸੀ ਯੂ نو 골ਡਿਸ਼ ਹੋ ਜਾਂਦੇ ਸੀ ਸੋ ਆਈ ਥਿੰਕ ਦੈਟਸ ਅ ਆਗਸਟ ਸਟੋਰੀ ਦ ਹੋਰ ਅਗੇ ਬਟ ਨਾਮ ਸਹੀ ਤੁਸੀਂ ਅਪਰੋਪਰੀਟ ਯੂਜ਼ ਕੀਤਾ ਹੈ ਕਿ 골ਡਨ ਮੈਡਾਸ ਟੱਚ ਹੈ ਸੋ ਆਈ ਥਿੰਕ ਅਗਰ ਤੁਸੀਂ এজਵੇ ਸਾਡੇ ਨਾਲ ਜੁੜ ਰਹੇ ਹੋ ਔਰ ਸਾਰੇ ਸਾਰੇ ਸਕੂਲਾਂ ਨੂੰ ਅਪਗ੍ਰੇਡ ਅਪਲਿਫਟ ਕਰਨ ਦੀ ਗੱਲ ਕਰਦੇ ਹੋ ਔਰ ਇਹਨਾਂ ਦੀ ਅਵੇਅਰਨੈਸ ਕ੍ਰੀਏਟ ਕਰਦੇ ਹੋ ਨਾ ਤਾਂ ਉਹਦੇ ਨਾਲ ਕੀ ਹੋਏਗਾ ਕਿ ਪ੍ਰੋਬਬਲੀ ਦਿਸ ਕੁਡ ਬੀ ਅ 골ਡਨ ਬ੍ਰਿੰਗ ਯੂ ਅਸ਼ੁਰਿਆ ਦਾ 골ਡਨ 에ਰਾ ফর ði ਸਕੂਲਸ है ना तो रॉबर्ट श्रॉस की एक लाइन हैगी जिमें कि साढ़ा बजा मैं इंग्लिश तो पोइट है रॉबर्ट श्रॉस यू नो इस कि आई हैव नो टाइम टू वेट है मैं लाइन बोल गया कि लाइक यू नो वी शुड कंटिन्यू मूविंग है ना वी शुड कंटिन्यू मूविंग एंड नॉट स्टॉप एंड सो मिशन इज देयर है ना आई हैव नो टाइम टू स्लीप सो आई स्टिल हैव टू वर्क ऑन बट यस ਇਹ ਅچھے ਲੋਕ ਜੁੜਨ ਦਾ ਮਤਲਬ ਇਹ ਹੁੰਦਾ ਹੈ ਕਿ ਗੁੱਡ ਟਾਈਮਸ ਆਰ ਹੇਅਰ अगेन so that's it so ਤੁਹਾਡੇ ਉਪਰਾਲੇ ਨੂੰ ਐਫਰਟ ਨੂੰ ਸਲਾਮ ਐਂਡ ਆਈ ਹੋਪ that ਜਦ ਵੀ ਸੁਣਨਗੇ ਜੁੜਨਗੇ ਦੇਖਣਗੇ ਕਿ ਸਾਡੀ ਡੈਲੀਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਿੰਨੇ ਹਾਈ ਸਕیل ਕਿੰਨੇ ਮੈਗਨੀਟਿਊਡ ਤੇ ਔਰ ਕਿੰਨਾ ਔਖਾ ਇੱਕ ਚੈਲੰਜ ਲੈ ਕੇ ਕਿਸੇ ਤਰ੍ਹਾਂ ਗੁਰਦੁਆਰਿਆਂ ਨੂੰ ਤੇ ਸਕੂਲਾਂ ਨੂੰ ਸੰਭਾਲਿਆ ਹੋਇਆ ਹੈ ਤੇ ਆਪਣੀ ਕਮਿਊਨਿਟੀ ਵਾਸਤੇ ਆ ਫੈਸਿਲਿਟੀਆਂ ਇਹ ਕਲਾਸ ਯੂ نو ਇਨਫਰਾਸਟ੍ਰਕਚਰ ਦੇ ਨਾਲ ਅਲਟ ਬਿਊਟੀਫੁੱਲ ਔਰ ਹਾਈਲੀ ਪੇਡ ਟੀਚਰਸ ਨੂੰ ਨਾਲ ਇਹਨੂੰ ਲੈ ਕੇ ਹਰ ਕਿਸੇ ਦਾ ਯੂ نو ਇੰਟਰਸਟ ਪ੍ਰੋਟੈਕਟ ਕਰਕੇ दे आर यू नो डूइंग एवरी थिंग तो ब बर्डन भी बहुत वाला चुक हो सो आई थिंक आई वुड वॉन्ट एवरीबडी कि दे शुड सपोर्ट एंड एप्रिशिएट वॉट आर कम्युनिटी इज डूइंग फॉर आर कम्युनिटी जीवन डेमोक्रेसी फॉर द सेक ऑफ यू नो बाय द पीपल फॉर द पीपल सिमिलर इट इज़ कम्युनिटी फॉर द कम्युनिटी यू नो बाय द पीपल सो दीज स्कूल आर कम्युनिटी स्कूल मेड बाय द कम्युनिटी फॉर द कम्युनिटी ऑफ द कम्युनिटी so we should not degrade or disrespect or you know any kind of thing should not be there so so, so to... thank you ma'am bahut <laughs> hi vadiya lagya <laughs> aap ji nu milke aur bahut acche tareeke na tusi harinagar di branch nu chala rahe ho te dhanwad ma'am tada ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਗੁਰਹਰਕਿਸ਼ਨ ਪਬਲਿਕ ਸਕੂਲ ਹਰੀ ਨਗਰ ਦੀ ਬ੍ਰਾਂਚ ਵਿੱਚ ਤੇ ਅੱਜ ਅਸੀਂ ਮੈਮ ਦਾ ਬੈਕਗ੍ਰਾਉਂਡ ਬਾਰੇ ਪੁੱਛਾਂਗੇ ਔਰ ਬੱਚਾ ਨੂੰ ਕੀ ਕੀ ਸਬਜੈਕਟ ਕਰਵਾਉਂਦੇ ਹੈ ਔਰ ਕਿਸ ਤਰੀਕੇ ਨਾਲ ਬੱਚਾ ਨੂੰ ਸਟੈਂਡ ਕਰਦੇ ਹੈਗੇ ਨੇ ਆ ਪੁੱਛਦੇਗੇ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਮ ਆਪ ਜੀ ਦਾ ਨਾਮ ਸਿਮਰਨ ਬ੍ਰੀਤਕੌਰ ਮੈਮ ਆਪ ਜੀ ਦਾ ਬੈਕਗ੍ਰਾਉਂਡ ਕੀ ਹੈ ਮੈਂ ਪਹਿਲੇ ਕੇਆਰ ਮੰਗਨੰਗ ਸਕੂਲ 'ਚ ਪੜਾਇਆ ਹੈ ਵਿਕਾਸਪੁਰੀ ਵਾਲੇ 'ਚ ਠੀਕ ਹੈ ਉੱਥੇ ਮੈਂ ਬਿਫੋਰ 4 ইয়ারਸ ਪੜਾਇਆ ਸੀ ਉਸ ਤੋਂ ਬਾਅਦ ਕੋਈ ਜੌਬ ਨਹੀਂ ਸੀ ਆਫਟਰ ਕਰੋਨਾ ਹੁਣ ਇੱਥੇ ਜੁਆਇਨਿੰਗ ਹੋਈ ਹੈ ਜੁਲਾਈ ਚ ਮੇਰੀ ਮੈਮ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ 7 ਟੂ 8 ਮੰਥਸ ਹੋ ਗਏ ਸਾਡੇ ਮੈਮ ਕਿਹੜੀ ਕਲਾਸ ਨੂੰ ਪੜਾਉਂਦੇ ਹੋ ਮੈਮ ਮੈਂ ਮੇਥਾਪਾ ਨਰਸਰੀ ਕੇਜੀ ਐਂਡ ਫਰਸਟ 3 ਕਲਾਸਿਸ ਨੇ ਮੇ ਕੋ ਤੇ ਮੈਮ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਬੱਚਿਆਂ ਨੂੰ ਕੀ ਕੀ ਸਿਖਾਇਆ ਜਾਂਦਾ ਨਰਸਰੀ ਚ ਔਰ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ ਬੱਚਾ ਨੂੰ ਸਾਡੇ ਮੈਮ ਸਭ ਤੋਂ ਪਹਿਲੇ ਬੱਚਾ ਦਾ ਹੁੰਦਾ ਕਿ ਸਾਨੂੰ ਬੱਚਿਆਂ ਨੂੰ ਕਿੱਦਾਂ ਇੰਟਰੋਡਕਸ਼ਨ ਦੇਣੀ ਹੈ ਕਿੱਦਾਂ ਸਾਨੂੰ ਸੈਂਸ ਦੱਸਣੀ ਹੈ ਉਹਨਾਂ ਨੂੰ ਕਿ ਕਿੱਦਾਂ ਬੈਣਾ ਹੈ ਕਿੱਦਾਂ ਉੱਠਣਾ ਹੈ ਕਿੱਦਾਂ ਖਾਣਾ ਹੈ ਮੇਨ ਸਾਡੀ ਐਈ ਮਤਲਬ ਸਭ ਤੋਂ ਪਹਿਲੇ ਹੋਮ ਸਾਡਾ ਐਈ ਹੈ ਬੱਚਾ ਦਾ ਆਪਾਂ ਉਹਨਾਂ ਨੂੰ ਐਸੀ ਕਹਿੰਦਾ ਐਕਟੀਵਿਟੀਜ਼ ਵੀ ਹੈ ਸਾਡਾ ਰਿਟਨ ਵੀ ਹੈ ਔਰਲ ਵੀ ਹੈ ਮਤਲਬ ਸਾਡੇ ਸਾਡੇ ਕੋਲ 올 ਰਾਊਂਡਰਡ ਹੀ ਸਭ ਕੁਝ ਹੈਗਾ ਸਾਡੇ ਇੱਥੇ ਸਕੂਲ 'ਚ थैंक यू मैम मैम सस्श्रीका सस्श्रीकाल जी मैम आप जी ਦਾ ਨਾਮ ਮੇਰਾ ਨਾਮ ਸਰਬਜੀਤ ਖੋੜ ਹੈ मैम आप जी ਦਾ ਬੈਕਗਰਾਉਂਡ ਕੀ ਹੈ ਸਰਬਜੀਤ मैम ਮੈਂ पीआरटी ਹਾਂ ਪ੍ਰਾਇਮਰੀ ਟੀਚਰ ਔਰ ਆ ਮੈਂ ਟੀ ਆਮ ਟੇਕਿੰਗ ਸੈਕੰਡ ਕਲਾਸ मैम ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਹੋ ਮੈਨੂੰ 25 ਸਾਲ ਹੋ ਗਏ ਨੇ मैम ਕਿਸ ਤਰੀਕੇ ਨਾਲ ਬੱਚਿਆਂ ਨੂੰ ਕੀ ਕੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਔਰ ਕਿਸ ਤਰੀਕੇ ਨਾਲ ਬੱਚੇ ਨੂੰ ਸਟੱਡੀ ਕਰਵਾਉਂਦੇ ਤੁਸੀਂ ਅਸੀਂ ਪਲੇਵੇ ਮੈਥਡ ਨਾਲ ਉਹ ਪੜਾਣੇ ਹਾਂ ਪਹਿਲੇ ਉਹਨਾਂ ਨੂੰ ਪੂਰਾ ਸਮਝਾ ਕੇ ਫਿਰ ਉਹਨਾਂ ਨੂੰ ਰੀਡਿੰਗ ਕਰਵਾ ਕੇ ਫਿਰ ਬੱਚਾਂ ਨੂੰ ਲਿਖਵਾਉਣਾ ਔਰ ਬੱਚੇ ਸਭ ਬੱਚਿਆਂ ਨੂੰ ਸਭ ਸਮਝ ਆਉਂਦਾ ਹੈ ਜੋ ਅਸੀਂ ਪੜਾਣੇ ਆ ਮੈਮ ਕੋਵਿਡ ਆਫਟਰ 2 ਇਅਰ অর ਆਫਟਰ ਬੀਅਫੋਰ ਕੋਵਿਡ ਦਾ ਰਿਜ਼ਲਟ ਔਰ ਬੱਚਿਆਂ ਦੀ ਪਰਸੈਂਟੇਜ ਵਿੱਚ ਕੀ ਫਰਕ ਪਿਆ ਕੋਵਿਡ ਦੇ ਟਾਈਮ ਵਿੱਚ ਕੋਵਿਡ ਦੇ ਬੱਚਿਆਂ ਨੇ ਥੋੜਾ ਜਿਹਾ ਮਤਲਬ ਹੁਣ ਹੁਣ ਤੇ ਕਾਫੀ ਇੰਪਰੂਵਮੈਂਟ ਹੋ ਗਈ ਹੈ ਆਫਟਰ ਕੋਵਿਡ ਲੇਕਿਨ ਕੋਵਿਡ ਦੇ ਬੱਚਿਆਂ ਨੂੰ ਥੋੜਾ ਜਿਹਾ ਸਮਝਣ ਦੀ ਥੋੜੀ ਪ੍ਰੋਬਲਮ ਆਈ ਹੈ ਕਿਉਂ ਕਿਉਂਕਿ ਕਈ ਵਾਰ ਸਾਡਾ ਫੋਨ ਵਿੱਚ ਮਤਲਬ ਨੈਟਵਰਕ ਦੀ ਪ੍ਰੋਬਲਮ ਹੋ ਜਾਂਦੀ ਸੀ ਤੇ ਕਈ ਵਾਰ ਸਾਨੂੰ ਬਦੇ ਕੰਮ ਭੇਜਦੇ ਹੋਏ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਸੀ ਤਾਂ ਐਕਸਪਲੇਨ ਕਰਦੇ ਹੁਣ ਹੁਣ ਠੀਕ ਹੈ ਬੱਚੇ ਸਭ ਮੈਂ ਕਿੰਨੇ ਸਾਲ ਹੋ ਗਏ ਆਪ ਜੀ ਨੂੰ ਇੱਥੇ ਮੈਨੂੰ 25 ਸਾਲ ਹੋ ਗਏ ਨੇ ਸਰ मैम बहुत बहुत अच्छा लगे आप जी को मिलकर बहुत अच्छे तरीके बच्चों को पढ़ा रहे हो थैंक यू मैम थैंक यू सो मच मैम आप जी का नाम मेरा नाम गुरप्रीत कौर आई एम यू डी सी एट गुरु हरिक्ष पब्लिक स्कूल हरिनगर मैम आप जी का बैकग्राउंड की है मैं इतने एडमिन अंदर काम कर रही हूँ यू डी और सिंस टू थाउजेंड थ्री आई एम वर्किंग हेयर किन्ने साल हो गए आप जी ने इतने साल ट्वेंटी ईयरस मैम बच्चा नु किस तरीके दी किस किस तरह दी यहां फैसिलिटीज ਦਿੱਤੀਆਂ ਜਾਂਦੀਆਂ ਸਾਡੇ ਸਕੂਲ ਦੇ ਅੰਦਰ ਇੱਕ ਤੇ ਇੱਕ ਸਾਡੇ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਅੱਛਾ ਤੁਸੀਂ ਦੇਖਿਆ ਹੋਵੇਗਾ ਸਾਡੇ ਸਕੂਲ ਦੇ ਅੰਦਰ ਕਲਾਸ ਰੂਮਸ ਏਰ ਵੈਰੀ ਨੀਟ ਐਂਡ ਟਾਈਡੀ ਰੀਸੈਂਟਲੀ ਸਾਡਾ ਸਕੂਲ ਸਾਰਾ ਰੈਨੋਵੇਟ ਹੋਇਆ ਯਰ ਰਿਸੈਪਸ਼ਨ ਇਜ਼ ਸੋ ਬਿਊਟੀਫੁਲ ਆਲ आवर ਰੂਮਸ ਆਲ ਆਰ ਰੂਮਸ ਆ ਸਪੇਸ਼ੀਅਸ ਠੀਕ ਹੈ ਔਰ ਅਪ ਟੂ ਦਾ ਮਾਰਕ ਐਂਡ ਸਪੋਰਟਸ ਜਾਂ ਪੂਰੀਆਂ ਫੈਸਿਲਿਟੀਆਂ ਨੇ ਸਾਡੇ ਸਕੂਲ ਦੇ ਅੰਦਰ ਤੁਸੀਂ ਇੰਡੋਰ ਆਊਟਡੋਰ ਸਾਰੀ ਤਰ੍ਹਾਂ ਦੀ ਗੇਮਸ ਹੁੰਦੀਆਂ ਨੇ ਔਰ ਹਰ ਐਕਟੀਵਿਟੀ ਦੇ ਅੰਦਰ ਬੱਚੇ ਪਾਰਟਿਸਪੇਟ ਕਰਦੇ ਨੇ ਮੈਮ ਆਫਟਰ ਕੋਵਿਡ ਔਰ ਬਿਫੋਰ ਰਿਜ਼ਲਟ ਸਟੂਡੈਂਟ ਔਰ ਸਟਰਗਲ ਸਟੂਡੈਂਟਸ ਔਰ ਪ੍ਰਸੈਂਟੇਜੇਜ ਕੀ ਰਹੀ ਹੈ ਬੱਚਾ ਦੀ ਦੇਖੋ ਆਨਲਾਈਨ ਕਲਾਸਿਸ ਦਾ ਹੋਣਾ ਕੋਵਿਡ ਦੇ ਦੌਰਾਨ ਇੱਕ ਬਹੁਤ ਵੱਡਾ ਚੈਲੰਜ ਸੀ ਠੀਕ ਹੈ টিచర్స్ ਨੇ ਬਹੁਤ اچھی ਤਰ੍ਹਾਂ ਨੂੰ ਮੀਟ ਕੀਤਾ টিచర్స్ ਨੇ ஆன்ਲਾਈਨ ਕਲਾਸਿਸ ਲੈਂਤੀਆਂ ਬੱਚੇ ਕਈ ਬੱਚਾ ਨੂੰ ਇੰਟਰਨੈਟ ਜਿਸ ਤਰ੍ਹਾਂ نیٹ ਦੀ ਪ੍ਰੋਬਲਮ ਹੈ ਕਈ ਬੱਚੇ ਅਫੋਰਡ ਵੀ ਨਹੀਂ ਕਰ ਸਕਦੇ ਸੀ ਉਸ ਟਾਈਮ ਕਈ ਤਰ੍ਹਾਂ ਦੇ ਇਸ਼ੂਜ਼ ਰਹੇ ਕਈ ਬੱਚੇ ਇਸ ਤਰ੍ਹਾਂ ਛੋੜ ਕੇ ਵੀ ਗਏ ਨੇ ਸਕੂਲ ਉਸ ਟਾਈਮ ਲੇਕਿਨ ਫਿਰ ਵੀ ਬਹੁਤ ਅੱਛਾ ਰਿਹਾ ਸਾਡਾ ਐਕਸਪੀਰੀਅੰਸ ਹੈ ਕਿ ਨਵਾਂ ਕੁਝ ਸਿੱਖਣ ਨੂੰ ਮਿਲਿਆ টিਚਰਸ ਨੂੰ ਵੀ ਸਾਨੂੰ ਵੀ ਐਡਮਿਨ ਦੇ ਅੰਦਰ ਕਾਫੀ ਕਮ ਆਨਲਾਈਨ ਕਰਨੇ ਪਏ ਜੋ ਕਿ ਸਿ ਪਹਿਲੇ ਨਹੀਂ ਕੀਤਾ ਸੀਗੇ ਚੈਲਿੰਜਿੰਗ ਸੀ ਬਟ ਵੀ ਐਕਸੈਪਟ ਥੈਟ ਐਂਡ ਵੀ ਗੋ ਥਰੂ ਥੈਟ ਐਂਡ ði ਟਾਈਮ ਹੈਸ ਪਾਸ ਐਂਡ ਨਾਓ ਵੀ ਫੀਲ ਹੈਪੀ ਸਕੂਲ ਨੂੰ ਲੈ ਕੇ ਕੀ ਵਿਚਾਰ ਨੇ ਆਪ ਜੀ ਦੇ ਸਕੂਲ ਸਾਡਾ ਬਹੁਤ ਅੱਛਾ ਹੈ ਲੇਕਿਨ ਅਸੀਂ ਚਾਹੁੰਦੇ ਆ ਕਿ ਇੱਥੇ ਐਡਮਿਸ਼ਨਸ ਨੂੰ ਵਧਾਇਆ ਜਾਏ ਕਿਉਂਕਿ ਸਾਡਾ ਇਨਫਰਾਸਟ੍ਰਕਚਰ ਅਪਰੋਚੇਬਲ ਹੈ ਸਾਰਾ ਮਤਲਬ ਮੇਨ ਰੋਡਸ ਤੋਂ ਅਪਰੋਚੇਬਲ ਹੈ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈ ਸਕੂਲ ਦੇ ਅੰਦਰ ਕਿ ਸਕੂਲ ਨਾਲ ਬਹੁਤ ਅੱਛਾ ਸਕੂਲ ਹੈ ਸਾਡਾ ਥੈਂਕ ਯੂ ਮੈਮ ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ ਆਪ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਕਰ ਰਹੇ ਹੋ ਸਕੂਲ ਥੈਂਕ ਯੂ ਥੈਂਕ ਯੂ ਅੱਜ ਅਸੀਂ ਮਿਲ ਰਹੇ ਹਾਂ ਗੁਰਦੀਪ ਮੈਮ ਨੂੰ ਜੋ ਐਡਮਿਨ ਦੇਖਦੇ ਹੈਗੇ ਨੇ ਤੇ ਆਉ ਪੁੱਛਦੇ ਹੈਗੇ ਹਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਸਕੂਲ ਨੂੰ ਹੈਂਡਲ ਕਰਦੇ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਆਪ ਜੀ ਦਾ ਨਾਮ ਗੁਰਦੀਪ ਕੌਰ ਗੁਰਦੀਪ ਮੈਮ ਆਪ ਜੀ ਦਾ ਕੀ ਬੈਕਗ੍ਰਾਉਂਡ ਹੈਗਾ ਮੈਂ ਸਕੂਲ ਵਿੱਚ 15 ਸਾਲਾਂ ਤੋਂ ਜੌਬ ਕਰ ਰਹੀ ਹਾਂ ਔਰ ਬਹੁਤ ਅੱਛਾ ਸਕੂਲ ਹੈ ਮਤਲਬ ਇਹਦੇ ਜਿੰਨੀ ਵੀ ਤਾਰੀਫ ਕੀਤੀ ਜਾਏ ਘੱਟ ਹੈ ਹਰ ਤਰ੍ਹਾਂ ਨਾਲ ਸਾਫ ਸਫਾਈ ਵਿੱਚ ਇਹਦਾ ਬਹੁਤ ਅੱਛੀ ਬਿਲਡਿੰਗ ਹੈ ਬਹੁਤ ਅੱਛੀ ਮੈਨੇਜਮੈਂਟ ਹੈ ਔਰ ਬਹੁਤ ਅੱਛਾ ਹੈਗਾ ਸੋ ਮੈਮ ਆਪ ਜੀ ਦੀ ਡੈਜ਼ਿਗਨੇਸ਼ਨ ਕੀ ਹੈ ਮੇਰੇ ਐਸ ਐਲਡੀਸੀ ਕਲਰਕ ਮੈਮ ਕਿੰਨਾ ਟਾਈਮ ਹੋ ਗਿਆ ਆਪ ਜੀ ਨੂੰ ਸਕੂਲ 15 ਸਾਲਾਂ ਤੋਂ ਮੈਂ ਸਕੂਲ ਵਿੱਚ ਜੌਬ ਕਰ ਰਹੀ ਹਾਂ ਮੈਮ ਕੋਵਿਡ ਤੋਂ ਆਫਟਰ ਬਿਫੋਰ ਔਰ ਰਿਜ਼ਲਟ ਕੀ ਰਿਹਾ ਬੱਚਿਆਂ ਦਾ ਪਰਸੈਂਟੇਜ ਏਜ ਕੀ ਹੈ ਔਰ ਬੱਚਿਆਂ ਦਾ ਸਟਰਗਲ ਕੀ ਰਿਹਾ ਹੈ ਅਚਾਨਕ ਤੋਂ ਇਹ ਇਸ ਕੋਵਿਡ ਕਰਕੇ ਕਿਸੇ ਨੂੰ ਇਸ ਬਾਰੇ ਨਹੀਂ ਪਤਾ ਸੀ ਅਚਾਨਕ ਇਹ ਚੀਜ਼ ਹਰ ਕਿਸੇ ਨੇ ਫੇਸ ਕੀਤੀ ਚਾਹੇ ਉਹ ਪੇਰੈਂਟਸ ਹੈ ਚਾਹੇ ਬੱਚੇ ਹੈ ਸਕੂਲ ਮੈਨੇਜਮੈਂਟ ਹੈ ਸਭ ਨੇ ਇਸ ਚੀਜ਼ ਨੂੰ ਚੈਲੰਜ ਦੀ ਤਰ੍ਹਾਂ ਫੇਸ ਕੀਤਾ ਹੈ ਆਨਲਾਈਨ ਸਭ ਵਾਸਤੇ ਨਵਾਂ ਸੀ ਸਾਡੇ ਸਕੂਲ ਮਤਲਬ EWS ਦੇ ਬਹੁਤ ਬੱਚੇ ਆਉਂਦੇ ਆ ਜੋ ਇਹਨੇ ਇੰਟਰਨੈਟ ਵਗੈਰਾ ਨਹੀਂ ਅਫੋਰਡ ਕਰ ਸਕਦੇ ਵਾਈਫਾਈ ਵਗੈਰਾ ਤੇ ਉਹਨਾਂ ਲਈ ਉਹ ਬਹੁਤ ਸਾਰੇ ਬੱਚਿਆਂ ਨੇ ਸਟੱਡੀ ਨੂੰ ਛੋੜ ਦਿੱਤਾ ਕਈ ਬੱਚਿਆਂ ਨੇ ਸਕਿਪ ਵੀ ਕੀਤੇ ਈਅਰ ਸਕਿਪ ਕਰ ਦਿੱਤਾ ਕਿਉਂਕਿ ਆਨਲਾਈਨ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਸੀ ਬੱਚੇ ਛੋਟੇ ਸੀ ਉਹਨਾਂ ਨੂੰ ਆਨਲਾਈਨ ਨਹੀਂ ਸਮਝ ਆ ਰਿਹਾ ਸੀ ਬਟ ਜੋ ਬੱਚੇ ਨੇ ਆਨਲਾਈਨ ਕਲਾਸੇ ਲਿਆ ਉਹਨਾਂ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ ਔਰ ਬਹੁਤ ਅੱਛੇ ਪੇਰੈਂਟਸ ਨੇ ਵੀ ਬਹੁਤ ਸਹਿਯੋਗ ਦਿੱਤਾ ਟੀਚਰਸ ਦਾ ਵੀ ਬਹੁਤ ਗੁੱਡ ਰਿਹਾ ਗੁੱਡ ਹੈ ਸਕੂਲ ਵਿੱਚ ਕੀ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਬੱਚਾ ਨੂੰ ਸਕੂਲ ਵਿੱਚ ਸਭ ਤੋਂ ਪਹਿਲੇ ਤੇ ਫੀਸ ਸਾਡੇ ਆਲ ਜੀਐਚਪੀਐਸ ਤੋਂ ਥੋੜੀ ਇੱਥੇ ਫੀਸ ਵੀ ਇਕੱਠਾ ਹੈ ਔਰ ਹਰ ਤਰ੍ਹਾਂ ਦੇ ਬੱਚੇ ਨੂੰ ਮਦਦ ਕੀਤੀ ਜਾਂਦੀ ਹੈ ਬੱਚਿਆਂ ਦੇ ਈਡਬਲਯੂਐਸ ਬੱਚੇ ਹੈ ਉਹਨਾਂ ਨੂੰ ਸਟੱਡੀ ਮਟੀਰੀਅਲ ਵੈਲਾ ਦਿੱਤਾ ਜਾਂਦਾ ਹੈ ਔਰ ਜਿਹੜੇ ਸਾਡੇ ਆਮ ਬੱਚੇ ਹੈ ਅਗਰ ਉਹਨਾਂ ਨੂੰ ਕੁਝ ਪ੍ਰੋਬਲਮ ਹੁੰਦੀ ਹੈ ਤੇ ਸਕੂਲ ਸਟਾਫ ਪੂਰਾ ਸਹਿਯੋਗ ਦਿੰਦੇ ਹੈਗੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਚੈਨਲ ਦੇ ਥਰੂ ਅ ਅਸੀਂ ਸੰਗਤ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੱਤ ਤੋਂ ਵੱਤ ਤੋਂ ਵੱਧ ਸਾਡੇ ਸਕੂਲ ਦਾ ਮਤਲਬ ਵਿੱਚ ਐਡਮਿਸ਼ਨਸ ਹੋਣ ਔਰ ਸਾਡਾ ਸਕੂਲ ਬਹੁਤ ਚੜ੍ਹਦੀ ਕਲਾ ਵਿੱਚ ਰਹੇ ਸਾਡੇ ਬੱਚੇ ਆਪਣੇ ਡਿਵਿਨਿਟੀ ਆਪਣੇ ਉਹਦੇ ਨਾਲ ਤਰਮ ਨਾਲ ਐਸਟਰਾ ਜੁੜੇ ਰਹੇ ਹਨ ਇਹਦੇ ਨਾਲ ਅਸੀਂ ਇਹਦੇ ਵੀ ਡਿਵਿਨਿਟੀ ਦਾ ਬਹੁਤ ਅੱਛਾ ਬੱਚਿਆਂ ਨੂੰ ਸਮਝਾਇਆ ਜਾਂਦਾ ਇਸ ਸਕੂਲ ਵਿੱਚ ਬੱਚਿਆਂ ਨੂੰ ਕੀਰਤਨ ਵਾਲਾ ਸਭ ਸਿਖਾਇਆ ਜਾਂਦਾ ਹੈ। ਥੈਂਕ ਯੂ ਮੈਮ ਬਹੁਤ ਵਧੀਆ ਲੱਗੇ ਆਪ ਜੀ ਨੂੰ ਮਿਲ ਕੇ ਸਤਿ ਸ਼੍ਰੀ ਅਕਾਲ।